ਸਚਕਾਲ ਸੇਂਟ ਸੋਲਜਰ ਟਾਈਮਸ ਤੋਂ ਮੈਂ ਹਾਂ ਕੋਮਲ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੁਰਵੰਤਾ ਸਿੰਘ ਮਾਰਗ ਸਪੈਸ਼ਲੀ ਮੇਨ ਬਰਾਂਚ ਦੇ ਵਿੱਚ ਜਿੱਥੇ ਅੱਜ ਸੌਣ ਦਾ ਮਹੀਨਾ ਮਨਾਇਆ ਜਾ ਰਿਹਾ ਹੈ ਤੀਆਂ ਤੀਹ ਦਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਟੀਚਰ ਬਹੁਤ ਹੀ ਸੋਹਣੇ ਸੋਹਣੇ ਰੈਡੀ ਹੋ ਕੇ ਆਏ ਨੇ ਬਹੁਤ ਸੋਹਣੇ ਸੋਹਣੇ ਤਿਆਰ ਹੋ ਕੇ ਆਏ ਨੇ ਅਤੇ ਅੱਜ ਜਿਹੜੀ ਉਹਨਾਂ ਦੀ ਪਰਫੋਰਮੈਂਸ ਹੈ ਬਿਲਕੁਲ ਡਿਫਰੈਂਟ ਨੇ ਬਾ ਕਮਾਲ ਪਰਫੋਰਮੈਂਸ ਹੈ ਗਿੱਧਾ ਤੁਸੀਂ ਬਹੁਤ ਦੇਖਿਆ ਹੋਏਗਾ ਲੇਕਿਨ ਅੱਜ ਹੋਏਗਾ ਰੈਂਪ ਸ਼ੋ ਮਾਡਲਿੰਗ ਤੇ ਕੁਝ ਹਟ ਕੇ ਆਊਟਫਿਟ ਦੇਖਦੇ ਹਾਂ Thank you.
कंग्रेचुलेशंस टू ऑल ऑफ यू। थैंक यू सो मच। अब मैं फिर बोलने लगी आ रही इस चीज की, अगर मैंने गॉसिप मेरे कानों में पड़ी ना, आप प्रेज इतनी मर्जी करो। थैंक यू। ਸਾਰਿਆਂ ਨੂੰ ਸੇਂਟ ਸੋਲਜਰ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਾਡੇ ਸੇਂਟ ਸੋਲਜਰ ਸਕੂਲ ਦੇ ਆਂਗਨ ਦੇ ਵਿੱਚ ਅਸੀਂ ਤੀਆਂ ਦਾ ਤਿਉਹਾਰ ਮਨਾਇਆ, ਜਿਹਦੇ ਵਿੱਚ ਸਾਰਿਆਂ ਟੀਚਰਸ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਪਾਰਟੀਸਪੇਟ ਕੀਤਾ ਐਂਡ ਇਟ ਵਾਜ਼ ਅ ਵੰਡਰਫੁੱਲ ਐਕਸਪੀਰੀਅੰਸ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤੀਆਂ ਦਾ ਤਿਉਹਾਰ ਅਸੀਂ ਸਾਵਣ ਦੇ ਮਹੀਨੇ ਦੇ ਵਿੱਚ ਮਨਾਉਂਦੇ ਹਾਂ ਔਰ ਇਸ ਟਾਈਮ ਦੀ ਯੂਨੀਕਨੈਸ ਤਾਂ ਸਾਰਿਆਂ ਨੂੰ ਹੀ ਪਤਾ ਕਿ 19 ਸਾਲਾਂ ਬਾਅਦ 8 ਵੀਕਸ ਦਾ ਜਿਹੜਾ ਹੈਗਾ ਸਾਵਣ ਦਾ ਮਹੀਨਾ ਆਇਆ ਹੈਗਾ। ਸੋ ਵੀ ਬਲੈਸ ਯੂ ਆਲ, ਵੀ ਆਲ ਆਰ ਵੈਰੀ ਹੈਪੀ ਐਂਡ ਆਲ ਦ ਟੀਚਰਸ ਵਿਦ ਵੈਰੀ ਗ੍ਰੇਟ ਐਨਥੂਜ਼ੀਆਜ਼ਮ ਗੋਟ ਔਨ ਦ ਸਟੇਜ। ਮਹਿੰਦੀ ਲਗਵਾਈ ਟੀਚਰਸ ਨੇ, ਗਿੱਧੇ ਪਾਏ ਔਰ ਆਪਣੀ ਖੁਸ਼ੀ ਨੂੰ ਜਿਹੜਾ ਹੈਗਾ ਸਭ ਦੇ ਨਾਲ ਸਾਂਝਾ ਕੀਤਾ। ਸੇਂਟ ਸੋਲਜਰ ਪਰਿਵਾਰ ਵੱਲੋਂ, ਮੈਨੇਜਮੈਂਟ ਵੱਲੋਂ ਅਤੇ ਸਟਾਫ ਮੈਂਬਰਸ ਵੱਲੋਂ ਸਾਰਿਆਂ ਨੂੰ ਤੀਆਂ ਦੀ ਬਹੁਤ ਬਹੁਤ ਮੁਬਾਰਕ। ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕਮਲਜੀਤ ਕੌਰ, ਟੀਚਰ ਸੇਂਟ ਸੋਲਜਰ ਸਕੂਲ ਦੀ ਮੈਂ ਟੀਚਰ ਹਾਂ ਅਤੇ ਅੱਜ ਤੀਆਂ ਦਾ ਤਿਉਹਾਰ ਸਾਡੇ ਸਕੂਲ 'ਚ ਮਨਾਇਆ ਗਿਆ ਜਿਸ ਦੇ ਵਿੱਚ ਕੰਪੀਟੀਸ਼ਨ ਸੀ ਮਿਸ ਤੀਜ ਦਾ ਅਤੇ ਮੈਂ ਸੈਕਿੰਡ ਆਈ ਹਾਂ। ਇਸ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਥੈਂਕ ਯੂ ਸੋ ਮਚ। ਹਾਂਜੀ, ਅੱਜ ਹਮ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮੇ ਤੀਜ ਕਾ ਤਿਉਹਾਰ ਮਨਾ ਰਹੇ ਹੈ ਐਂਡ ਯਹਾਂ ਪੇ ਹਰ ਕੋਈ ਅੱਜ ਬਹੁਤ ਸੁੰਦਰ ਤਿਆਰ ਹੋ ਕੇ ਆਇਆ ਔਰ ਹਰ ਇੱਕ ਪਰਫਾਰਮੈਂਸ ਉਸਨੇ ਆਪਣੀ ਦੀ ਹੈ। ਕਿਸੇ ਨੇ ਗਿੱਧਾ ਪਰਫਾਰਮ ਕੀਆ, ਕਿਸੇ ਨੇ ਭੰਗੜਾ ਪਰਫਾਰਮ ਕੀਆ, ਜੈਸੇ ਕਿ ਆਪ ਦੇਖ ਸਕਦੇ ਹੋ ਇਤਨੀ ਸੁੰਦਰ ਮਤਲਬ ਮੁਟਿਆਰੇ ਲੱਗ ਰਹੀ ਹੈ ਯਹਾਂ ਪੇ। ਕਿਆ ਕਿਆ ਪੰਜਾਬੀ ਅਟਾਇਰ ਡਾਲ ਕੇ ਆਈ ਹੈ, ਹਮ ਸੋਚ ਵੀ ਨਹੀਂ ਸਕਦੇ ਅੱਜ ਸੇਂਟ ਸੋਲਜਰ ਮੇ ਪੂਰੇ ਮਤਲਬ ਪੂਰੀ ਦੁਨੀਆ ਕਾ ਯਹਾਂ ਪੇ ਵੋ ਕਿਆ ਕਹਿ ਸਕਤੇ ਹੈ, ਪੂਰੀ ਦੁਨੀਆ ਕਾ ਯਹਾਂ ਪੇ ਨੂਰ ਆ ਗਿਆ। ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਵਿੱਚ ਅੱਜ ਸੀ ਸਪੈਸ਼ਲੀ ਜੀ ਤੀਆਂ ਤੀ ਦਾ ਪ੍ਰੋਗਰਾਮ, ਜਿਸਦੇ ਵੀ ਟੀਚਰ ਨੇ ਬਹੁਤ ਹੀ ਕਮਾਲ ਕੀਤੀ। ਟੀਚਰ ਬਿਲਕੁਲ ਪੜ੍ਹਾ ਸਕਦੇ ਨੇ ਪਰ ਜੇ ਗੱਲ ਕਰੀਏ ਇੱਕ ਲਾਈਵ ਦਾ ਇੰਜੋਇਮੈਂਟ ਕਿੱਦਾਂ ਹੁੰਦਾ ਹੈ, ਉਹ ਵੀ ਅੱਜ ਉਹਨਾਂ ਕੋਲੋਂ ਸਾਨੂੰ ਸਿੱਖਣ ਨੂੰ ਮਿਲਿਆ। ਲਾਈਵ ਹੱਸ ਕੇ ਜਿਉਣੀ ਚਾਹੀਦੀ ਹੈ, ਨੱਚੋ ਟੱਪੋ ਇੰਜੋਏ ਕਰੋ, ਖਾਸ ਬਣਾਓ ਆਪਣੇ ਇਸ ਪਲ ਨੂੰ ਤੀਆਂ ਤੀ ਦੇ ਪ੍ਰੋਗਰਾਮ ਦੇ ਨਾਲ। ਅਤੇ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਬਣੇ ਰਹੋ ਸੇਂਟ ਸੋਲਜਰ ਟਾਈਮਜ਼ ਨਾਲ। ਕੈਮਰਾਮੈਨ ਗਗਨ ਦੇ ਨਾਲ ਕੋਮਲ।